ਹੁਸ਼ਿਆਰਪੁਰ ਦੇ ਵਿੱਚ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਪਿਓ ਪੁੱਤ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ। ਇਹ ਵਾਰਦਾਤ ਚੱਕੋਵਾਲ ਬ੍ਰਾਹਮਣਾ ਪਿੰਡ ਦੇ ਵਿੱਚ ਹੋਈ ਹੈ, ਜਿਸ ਤੋਂ ਬਾਅਦ ਹੁਣ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰਾਂ ਵੱਲੋਂ ਪਰਿਵਾਰ 'ਤੇ ਹੀ ਹਮਲਾ ਕੀਤਾ ਗਿਆ ਸੀ, ਜਿਸ ਦੇ ਚੱਲਦਿਆਂ ਅਮਰਜੀਤ ਸਿੰਘ ਅਤੇ ਉਸਦੇ ਪਿਤਾ ਕਸ਼ਮੀਰੀ ਲਾਲ ਦੀ ਮੌਤ ਹੋਈ ਹੈ, ਜਦਕਿ ਛੋਟੇ ਬੱਚੇ ਵੀ ਇਸ ਹਮਲੇ ਵਿੱਚ ਜ਼ਖਮੀ ਹੋਏ ਹਨ। ਉੱਥੇ ਗਏ ਸੀਗੇ ਤੇ ਵਾਪਸ ਘਰ ਚੱਲੇ ਸੀਗੇ, ਭਰਾ ਗੱਡੀ ਚਲਾਉਣ ਡਿਆ ਸੀ ਤੇ ਮੇਰੇ ਫਾਦਰ ਸਾਹਿਬ ਸਾਈਡ ਤੇ ਬੈਠੇ ਸੀਗੇ, ਮੈਂ ਪਿੱਛੇ ਸੀਗਾ ਹੋਸਪਿਟਲ ਦੇ ਅੰਦਰ ਸੀਗਾ ਤੇ ਉਹਨਾਂ ਨੇ ਆਉਂਦੇ ਗੋਲੀਆਂ ਚਲਾਉਣੀਆਂ, ਆਲੇ ਦੁਆਲੇ ਦੋ ਮੋਟਰਸਾਈਕਲ ਤੇ ਸੀਗੇ, ਮੈਂ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ, ਗੋਲੀਆਂ ਮਾਰੀਆਂ ਮੇਰੇ ਫਾਦਰ ਤੇ ਮੇਰੇ ਬ੍ਰਦਰ ਤੇ। ਸੱਤ ਅੱਠ ਬੰਦੇ ਸੀਗੇ ਜੀ, ਉਹ ਸੀਗੇ ਜੀ ਰਾਮਪੁਰ ਚਲੁੱਪੁਰ ਦੇ ਸੀਗੇ ਜੀ। ਪੁਰਾਣੀ ਹਾਂਜੀ ਚੱਲਦੀ ਜੀ ਪੁਰਾਣੀ, ਡੈਥ ਮੇਰੇ ਫਾਦਰ ਸਾਹਿਬ ਦੀ ਹੋਈ ਹੈ ਤੇ ਮੇਰੇ ਬ੍ਰਦਰ ਦੀ ਹੋ ਗਈ ਜੀ। ਬੱਚਿਆਂ ਦਾ ਪਤਾ ਨੀ ਜੀ, ਅਜੇ ਬੱਚੇ ਦੂਜੀ ਵਾਰ ਗੋਲੀਆਂ ਚਲਾਉਣ ਆ ਗਏ, ਪਹਿਲਾਂ ਵੀ ਗੋਲੀਆਂ ਨੀ ਚਲਾਉਣ ਆ ਗਏ, ਉਦੋਂ ਅਸੀਂ ਬਚਾ ਹੋਏ ਤੇ ਡੈਡੀ ਤੇ ਸਕੈਨ ਕਰਾਉਣ ਰਾਜ ਦੇ ਤੁਰੇ ਹੋ ਸੀ ਪਥਰੀ ਸੇ ਦੇ ਡੈਡੀ ਦੇ, ਉਦੋਂ ਵੀ ਉਹਨਾਂ ਦਾ ਬਚਾ ਹੋਇਆ ਮਸੀ, ਗੱਡੀ ਗੁੱਡੀ ਚ ਗੋਲੀਆਂ ਲੱਗੀਆਂ ਉਦੋਂ ਵੀ। ਕਸ਼ਮੀਰੀ ਲਾਲ ਜੀ ਗੋਲੀ ਕਾਂਡ ਹੋਇਆ ਜੀ ਚੱਕੀ ਚੱਕੋਵਾਲ ਬ੍ਰਾਹਮਣਾ ਪਿੰਡ, ਸਾਡੇ ਬੱਲੋਵਾਲ ਥਾਣੇ ਦਾ ਪਿੰਡ ਹੈਗਾ, ਚੱਕੋਵਾਲ ਬ੍ਰਾਹਮਣਾ ਬੱਲੋਵਾਲ ਥਾਣੇ ਦੇ ਵਿੱਚ ਪਿੰਡ ਹੈਗਾ ਜਿੱਥੇ ਗੋਲੀ ਕਾਂਡ ਹੋਇਆ। ਤੇ ਅਮਰਜੀਤ ਉਹਦੇ ਫਾਦਰ ਸਾਹਿਬ ਜਿਹੜੇ ਉਹ ਉਹਨਾਂ ਦਾ ਸੀਗੇ, ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਸੀਗੇ ਉਹ ਹੋਸਪਿਟਲ ਐਡਮਿਟ ਸੀ, ਜਿਹਨਾਂ ਦੀ ਖਬਰ ਲੈਣ ਵਾਸਤੇ ਉਹ ਗਏ ਹੋਏ ਸੀਗੇ। ਤੇ ਜਿਹੜੇ ਦੋ ਜਿਹੜੇ ਨੌਜਵਾਨ ਹੈਗੇ ਸੀਗੇ ਮੋਟਰਸਾਈਕਲ 'ਤੇ ਆਏ ਨੇ, ਉਹਨਾਂ ਨੇ ਉਹਨਾਂ ਨੂੰ ਇਨੋਵਾ ਗੱਡੀ 'ਚ ਬੈਠੇ ਹੋਏ ਉਹਨਾਂ 'ਤੇ ਫਾਇਰ ਕਰਤਾ। ਹਾਂਜੀ ਹਾਂਜੀ ਸਰ, ਕਿੰਨੀਆਂ ਗੋਲੀਆਂ ਲੱਗੀਆਂ ਦੋਹਾਂ? ਸਾਨੂੰ ਮੌਕੇ ਤੋਂ 6 ਜਿਹੜੇ ਹੈਗੇ ਆ ਖੋਲ ਬਰਾਮਦ ਹੋਏ ਨੇ। ਬੱਚਿਆਂ ਦੇ ਥੋੜੀ ਇੰਜਰੀ ਹੋਈ ਆ, ਇੰਜਰੀ ਹੋਈ ਆ, ਉਹਨਾਂ ਨੂੰ ਵੀ ਹੋਸਪਿਟਲ ਐਡਮਿਟ ਕਰਾਇਆ ਹੋਇਆ। ਕਿੰਨੇ ਜਾਣੇ ਸੀਗੇ ਵਾਰਦਾਤ ਮੌਕੇ ਤੇ? ਵਾਰਦਾਤ ਦੇ ਮੌਕੇ ਦੇ ਹਾਲ ਦੀ ਘੜੀ ਤਾਂ ਇਹੀ ਦੱਸਿਆ ਵੀ 2 ਜਾਣੇ ਮੋਟਰਸਾਈਕਲ ਤੇ ਸਵਾਰ ਸੀ, ਬਾਕੀ ਡੰਗਾਈ ਨਾ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਊਗੀ। ਸਰ ਕੋਈ ਸੀਸੀਟੀਵੀ ਵਗੈਰਾ? ਸੀਸੀਟੀਵੀ ਫੁਟੇਜ ਚੈੱਕ ਕਰਦੇ ਆ ਅਸੀਂ ਤਾਂ ਹੁਣ ਹਾਲ ਦੀ ਘੜੀ ਹੋਸਪਿਟਲ ਆਏ ਆ। ਹੁਸ਼ਿਆਰਪੁਰ ਤੋਂ ਵਿਜੇ ਕੁਮਾਰ ਸ਼ਰਮਾ ਦੀ ਰਿਪੋਰਟ, ਪੰਜਾਬ ਟੂਡੇ।